ਸ਼ੁਭਕਰਨ ਸਿੰਘ ਦੀ ਮੌਤ, 400 ਤੋਂ ਵੱਧ ਫੱਟੜ ਸਾਡਾ ਕਿਸਾਨ, ਜਿਹੜੇ ਪੁਲਿਸ ਅਫਸਰਾਂ ਨੇ ਕੀਤਾ ਹਰਿਆਣੇ ਦਿਆਂ ਨੇ, ਪੰਜਾਬ ਦੀ ਸਰਕਾਰ ਨੇ ਜਿਹੜਾ ਸਾਜਿਸ਼ ਵਿੱਚ ਕਰਵਾਈ ਹੈ, ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦਵਾਵਾਂਗੇ। ਇਹ ਮੇਰੀ ਵਚਨਬੱਧਤਾ। ਪਾਰਟੀ ਮਾਵਾਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਝੂਠ ਬੋਲ ਸਕਦੀ, ਕੁਫਰ ਤੋਲ ਸਕਦੀ, ਉਹ ਕਿਸੇ ਦੀ ਸੱਖੀ ਹੋ ਸਕਦੀ? ਤੁਹਾਨੂੰ ਕਿਹਾ ਭਗਵੰਤ ਮਾਨ ਨੇ 1000 ਰੁਪਈਆ ਮਹੀਨੇ ਦਾ ਤੁਹਾਨੂੰ ਘਰ ਪਹੁੰਚਾਇਆ ਕਰਾਂ, ਕੋ ਪਹੁੰਚਿਆ ਕਿਸੇ ਕੁਝ ਮੈਨੂੰ ਦੱਸੋ, ਕਿਸੇ ਮੇਰੀ ਵੀਣ ਭੈਣ ਕੋਲ? ਭਗਵੰਤ ਦੇ ਨਾਂ ਵਿੱਚ ਸਿੰਘ ਹੈ ਜੇ, ਉਹ ਆਪਣੇ ਆਪ ਨੂੰ ਭਗਵੰਤ ਮਾਨ ਦੱਸਦਾ, ਸਿੰਘ ਹੈ ਨਹੀਂ, ਬੇਅਸੂਲ ਹੈ, ਜ਼ੁਬਾਨ ਹੈ ਨਹੀਂ। ਸਿੱਖ ਮੁੱਖ ਮੰਤਰੀ ਮੈਂ ਪਹਿਲਾਂ ਵੇਖਿਆ 75 ਸਾਲਾਂ 'ਚ, ਜਿਹਦੇ ਸਿਰ 'ਤੇ ਦਸਤਾਰ ਹੈ, ਦਸਤਾਰ ਦੇ ਥੱਲੇ ਕੇਸ ਹੈ, ਉਹਨੂੰ ਪਹਿਲੇ ਮੂੰਹ 'ਚ ਪਾਣੀ ਪੀਤਾ, ਫਿਰ ਮੂੰਹ ਧੋਤਾ, ਫਿਰ ਜਿਹੜੀ ਅੱਧੀ ਕੁ ਬੋਤਲ ਬਚ ਗਈ ਉਹ ਸਿਰ ਦੇ ਵਿੱਚ ਸੁੱਟ ਲਈ। ਆ ਕਦੀ ਵੇਖਿਆ ਦੇਖੋ ਮੁੱਖ ਮੰਤਰੀ ਇਹੋ ਜਿਹਾ ਕੰਮ ਕਰਦਾ? ਅਨਪੜ੍ਹ ਤੋਂ ਅਨਪੜ੍ਹ, ਗੁਆਰ ਤੋਂ ਗੁਆਰ ਆਦਮੀ, ਦਸਤਾਰ, ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਦਸਤਾਰ ਹੁੰਦੀ ਕੀ ਹੈ। ਸ਼ੁਭਕਰਨ ਸਿੰਘ ਦੀ ਮੌਤ, 400 ਤੋਂ ਵੱਧ ਫੱਟੜ ਸਾਡਾ ਕਿਸਾਨ, ਜਿਹੜੇ ਪੁਲਿਸ ਅਫਸਰਾਂ ਨੇ ਕੀਤਾ ਹਰਿਆਣੇ ਦਿਆਂ ਨੇ, ਪੰਜਾਬ ਦੀ ਸਰਕਾਰ ਨੇ ਜਿਹੜਾ ਸਾਜਿਸ਼ ਵਿੱਚ ਕਰਵਾਈ ਹੈ, ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦਵਾਵਾਂਗੇ। ਇਹ ਮੇਰੀ ਵਚਨਬੱਧਤਾ। ਤੋਂ ਕਿਸਾਨਾਂ ਦੀ ਲੜਾਈ ਤੋੜ ਤਾਂ ਕਾਂਗਰਸ ਲੜਦੀ ਆਈ ਹੈ, ਤੁਹਾਨੂੰ ਦੱਸਿਆ ਹੁਣੇ ਸੁਮਿਤ ਸਿੰਘ ਨੇ। ਪਹਿਲਾਂ ਸਾਡੀ ਪਾਰਟੀ ਨੇ ਇਹ ਗਰੰਟੀ ਦੇ ਦਿੱਤੀ ਕਿ MSP ਡਾਕਟਰ ਸਵਾਮੀਨਾਥਨ ਦੇ C2+50% ਫਾਰਮੂਲੇ ਨਾਲ ਅਸੀਂ ਤੁਹਾਨੂੰ ਦੇਵਾਂਗੇ। ਉਸ ਤੋਂ ਬਾਅਦ ਕਮਿਸ਼ਨ ਬੈਠੇਗਾ ਜਿਹੜਾ ਕਰਜ਼ਾ ਮਾਫੀ ਦਾ ਵੀ ਕੇਸ ਸਟੱਡੀ ਕਰੇਗਾ ਕਿਸਾਨਾਂ, ਆਪਣੀਆਂ ਭੈਣਾਂ ਵਾਸਤੇ, ਮਾਤਾਵਾਂ ਵਾਸਤੇ। ਇਹਨਾਂ ਨੇ ਤਾਂ ਮੇਰੇ ਵੀਰੋ ਗੱਲ ਸੁਣ ਲਓ, ਮੇਰੀਆਂ ਭੈਣੋ, ਜਿਹੜੀ ਪਾਰਟੀ ਮਾਵਾਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਝੂਠ ਬੋਲ ਸਕਦੀ, ਕੁਫਰ ਤੋਲ ਸਕਦੀ, ਉਹ ਕਿਸੇ ਦੀ ਸੱਖੀ ਹੋ ਸਕਦੀ? ਤੁਹਾਨੂੰ ਕਿਹਾ ਭਗਵੰਤ ਮਾਨ ਨੇ 1000 ਰੁਪਈਆ ਮਹੀਨੇ ਦਾ ਤੁਹਾਨੂੰ ਘਰ ਪਹੁੰਚਾਇਆ ਕਰਾਂਗੇ, ਕੋ ਪਹੁੰਚਿਆ ਕਿਸੇ ਕੁਝ ਮੈਨੂੰ ਦੱਸੋ, ਕਿਸੇ ਮੇਰੀ ਵੀਣ ਭੈਣ ਕੋਲ? 2.25 1-13 ਵਿੱਚੋਂ ਇੱਕ ਵੀ ਕੈਂਡੀਡੇਟ ਔਰਤ ਨਹੀਂ। ਇਹ ਕਹਿੰਦੇ ਸੀ ਅਸੀਂ ਔਰਤਾਂ ਦਾ ਬਹੁਤ ਇੱਜ਼ਤ ਕਰਨੇ ਆ, ਮਾਨ ਕਰਨੇ, ਅਸੀਂ ਉਹਨਾਂ ਨੂੰ ਇਸ ਸਿਆਸਤ ਦੇ ਵਿੱਚ ਵੱਡੇ ਰੂਪ ਦੇ ਵਿੱਚ ਔਰਤਾਂ ਨੂੰ ਰੋਲ ਦੇਣਾ ਚਾਹੁੰਦੇ। 13 ਚੋਂ ਇੱਕ ਵੀ ਔਰਤ ਨਹੀਂ ਆਪਨੇ ਦਿੱਤੀ। ਮੈਂ ਇੱਥੇ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੂੰ, ਕੇਜਰੀਵਾਲ ਸਾਹਿਬ, ਤੁਸੀਂ ਚੰਦ ਵਾਅਦੇ ਕੀਤੇ ਸੀ, ਹੁਣ ਤੁਸੀਂ ਆਉਣਾ, ਫਿਰ ਕੁਫਰ ਤੋਲ, ਫਿਰ ਝੂਠ ਬੋਲ, ਫਿਰ ਤੁਸੀਂ ਉਸ ਬੰਦੇ ਨੂੰ ਇੱਥੇ ਲੈ ਕੇ ਆਉਣਾ? ਅਮਰ ਸਿੰਘ ਜੀ ਧਿਆਨ ਕਰੋ, 2 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਮੁਕੰਮਲ ਕਰ ਲਈ। ਮੇਰੇ ਵੀਰੋ, ਬਦਕਿਸਮਤੀ, ਵੇਖੋ ਸਿੱਖ ਮੈਜੋਰਟੀ ਸੂਬਾ, ਅਸੀਂ ਕਿਹੋ ਜਿਹੀ ਚੋਇਸ ਕਰ ਲਈ? ਅਸੀਂ ਇੱਕ ਮੁੱਖ ਮੰਤਰੀ ਉਹ ਬਣਾ ਲਿਆ ਜਿਹੜਾ ਦਸਮ ਪਿਤਾ ਦੇ ਹੁਕਮਾਂ 'ਤੇ ਵੀ ਪਾਲਣਾ ਨਹੀਂ ਕਰ ਰਿਹਾ। ਇਹ ਗੱਲ ਚੰਗੀ ਤਰ੍ਹਾਂ ਗੰਭੀਰਤਾ ਨਾਲ ਸੁਣਿਓ। ਉਹਨਾਂ ਦਾ ਹੁਕਮ ਸੀ ਹਰ ਸਿੱਖ ਦੇ ਨਾਂ ਪਿੱਛੇ ਸਿੰਘ ਹੋਣਾ ਚਾਹੀਦਾ, ਹਰ ਔਰਤ ਦੇ ਨਾਂ ਪਿੱਛੇ ਜਿਹੜੀ ਸਿੱਖਇਜ਼ਮ 'ਚ ਵਿਸ਼ਵਾਸ ਕਰਦੀ ਉਹਦਾ ਕੌਰ ਹੋਣੀ ਚਾਹੀਦੀ। ਕਿ ਉਹ ਸਹੀ ਹੈ ਕਿ ਗਲਤ ਹੈ ਜੀ? ਭਗਵੰਤ ਦੇ ਨਾਂ ਵਿੱਚ ਸਿੰਘ ਹੈ ਜੇ, ਉਹ ਆਪਣੇ ਆਪ ਨੂੰ ਭਗਵੰਤ ਮਾਨ ਦੱਸਦਾ, ਸਿੰਘ ਹੈ ਨਹੀਂ, ਬੇਅਸੂਲ ਹੈ, ਜ਼ੁਬਾਨ ਹੈ ਨਹੀਂ। ਅਤੇ ਜਿਸ ਸਿੱਖ ਮੁੱਖ ਮੰਤਰੀ ਮੈਂ ਪਹਿਲਾਂ ਵੇਖਿਆ 75 ਸਾਲਾਂ 'ਚ, ਜਿਹਦੇ ਸਿਰ 'ਤੇ ਦਸਤਾਰ ਹੈ, ਦਸਤਾਰ ਦੇ ਥੱਲੇ ਕੇਸ ਹੈ, ਕਿਉਂ ਵੇਖੇ ਜੇ? ਸਾਰਿਆਂ ਨੂੰ ਪਤਾ ਹੀ ਹੈ ਇਹਦਾ ਅਸਲ ਰੂਪ, ਤਾਂ ਤੁਸੀਂ ਵੇਖਿਆ ਹੀ ਹੈ ਸਟੇਜਾਂ 'ਤੇ। ਨਾਂ ਵਿੱਚ ਸਿੰਘ ਹੈ ਨਹੀਂ, ਦਸਤਾਰ ਥੱਲੇ ਕੇਸ ਹੈ ਨਹੀਂ, ਕੀ ਇਹੋ ਜਿਹੇ ਲੋਕਾਂ 'ਤੇ ਅਸੀਂ ਵਿਸ਼ਵਾਸ ਕਰ ਸਕਦੇ? ਇਹ ਤਾਂ ਉਹ ਸਰਜ਼ਮੀਨ ਹੈ ਜਿੱਥੇ 1705 ਦੇ ਵਿੱਚ ਜਿਹੜੇ ਇੱਥੋਂ ਦੇ ਬਹੁਤ ਮਸ਼ਹੂਰ ਸਾਡੇ ਨਵਾਬ ਅਹਿਮਦ ਅਲੀ ਖਾਨ ਸਾਹਿਬ ਮਲੇਰਕੋਟਲੇ ਵਾਲੇ,
ਉਹਨਾਂ ਨੇ ਹਾਹ ਦਾ ਨਾਰਾ ਮਾਰਿਆ ਸੀ। ਕਈ ਸੌ ਸਾਲ ਪਹਿਲੇ ਸਾਡੇ ਨਵਾਬ ਅਹਿਮਦ ਅਲੀ ਖਾਨ ਸਾਹਿਬ ਨੇ ਨਾਰਾ ਮਾਰਿਆ ਛੋਟੇ ਸਾਹਿਬਜ਼ਾਦੇ ਹੱਕ। ਅੱਜ ਦੇ ਦਿਨ ਤੱਕ ਕਈ ਕੁਝ ਪੰਜਾਬ 'ਚ ਗੁਜ਼ਰ ਗਿਆ, ਬਟ ਕਿਸੇ ਸਾਡੇ ਮੁਸਲਿਮ ਭਰਾ ਨੂੰ ਉਹਦੀ ਵਾਵ ਹਮੇਸ਼ਾ ਵਾਵ ਵੱਲ ਨਹੀਂ ਕਿਸੇ ਸਾਡੇ ਭਰਾ ਨੇ ਵੇਖਣ ਦਿੱਤਾ। ਇਹ ਗੱਲ ਸੱਚ ਹੈ ਕਿ ਨਹੀਂ? ਅਤੇ ਇੱਥੇ ਉਹ ਆਦਮੀ ਜਿਹੜੇ ਤੁਹਾਡੀਆਂ ਵੋਟਾਂ ਲੈ ਜਾਣ, ਕੁਫਰ ਚੋਲ ਜਾਣ, ਝੂਠ ਬੋਲ ਜਾਣ। ਆ ਚੰਦ ਦਿਨ ਪਹਿਲੇ ਮੈਂ ਵੇਖਿਆ ਇੱਕ ਰੋਡ ਸ਼ੋਅ 'ਚ, ਧੁੱਪ ਜ਼ਰੂਰ ਸੀ ਥੋੜ੍ਹੀ ਮੋਟੀ, ਪਹਿਲੇ ਬੋਤਲ ਮੰਗਾਈ ਪਾਣੀ ਦੀ, ਉਹਨੂੰ ਪਹਿਲੇ ਮੂੰਹ 'ਚ ਪਾਣੀ ਪੀਤਾ, ਫਿਰ ਮੂੰਹ ਧੋਤਾ, ਫਿਰ ਜਿਹੜੀ ਅੱਧੀ ਕੁ ਬੋਤਲ ਬਚ ਗਈ ਉਹ ਸਿਰ ਦੇ ਵਿੱਚ ਸੁੱਟ ਲਈ। ਆ ਕਦੀ ਵੇਖਿਆ ਜੇ ਕੋਈ ਮੁੱਖ ਮੰਤਰੀ ਇਹੋ ਜਿਹਾ ਕੰਮ ਕਰਦਾ? ਅਨਪੜ੍ਹ ਤੋਂ ਅਨਪੜ੍ਹ, ਗੁਆਰ ਤੋਂ ਗੁਆਰ ਆਦਮੀ, ਦਸਤਾਰ ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਦਸਤਾਰ ਹੁੰਦੀ ਕੀ ਹੈ। ਇਹ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ। ਜੇ ਇਹ ਇਸ਼ੂ ਹੀ ਹੈ ਨਹੀਂ ਆਪਣੇ ਵਾਸਤੇ, ਤਾਂ ਕਿਸ ਕਿਸਮ ਦੇ ਅਸੀਂ ਕਾਮਨਾ ਕਰਨੇ ਹਾਂ ਕਿ ਸਾਡੇ ਇਸ ਰਾਜ ਦੇ ਵਿੱਚ ਸਾਡਾ ਬੋਲਬਾਲਾ ਹੋਏਗਾ? ਇਹ ਲੋਕ ਤੁਹਾਡੇ ਇੰਟਰਸਟ, ਕਿਸਾਨਾਂ ਦੇ ਇੰਟਰਸਟ ਨੂੰ, ਪੰਜਾਬ ਦੀ ਟੈਰੀਟਰੀ ਨੂੰ ਪ੍ਰੋਟੈਕਟ ਕਰਨ ਦੀ ਪੋਜੀਸ਼ਨ 'ਚ ਹੈ? ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਪੰਜਾਬ ਦਾ ਰਾਜ ਸੁਰੱਖਿਅਤ ਹੋ ਸਕਦਾ? ਨਿਰਾ ਝੂਠ ਬੋਲਣਾ ਅਤੇ ਕੁਫਰ ਤੋਲਣਾ। ਅਮਰਿੰਦਰ ਸਿੰਘ ਤਾਂ ਮਹਾਰਾਜਾ ਸੀ ਪਟਿਆਲੇ ਦਾ, 225 ਸਾਲ ਪਹਿਲੇ ਰਾਜ ਦੀ ਸਥਾਪਨਾ ਹੋਈ, ਉਹਦੇ ਕੋਲ 2 ਸਰਕਾਰੀ ਘਰ ਸੀ, ਇਹਦੇ ਕੋਲ 5 ਜੇ ਹੁਣ। ਚੰਡੀਗੜ੍ਹ 'ਚ 2 ਸਰਕਾਰੀ ਘਰ ਇਹਨੇ 5 ਰੱਖੇ, ਉਹਦੇ ਨਾਲ 122 ਗੱਡੀਆਂ ਕਾਫਲੇ ਜਾਂਦੀਆਂ ਸੀ, ਇਹਦੇ ਨਾਲ 142 ਜਾਂਦੀਆਂ। ਇਹ 4 ਜੀ ਨੇ ਇਹਦੇ ਘਰ 'ਚ ਰਹਿੰਦੇ, ਇੱਕ ਇਹ ਰਹਿੰਦਾ, ਇਹ ਘਰ ਦੀ ਰਹਿੰਦੀ, ਇੱਕ ਇਹਦੇ ਮਦਰ ਰਹਿੰਦੇ, ਇੱਕ ਇਹਦੀ ਸਿਸਟਰ ਰਹਿੰਦੀ। 4 ਜੀਆਂ ਨੂੰ ਪ੍ਰੋਟੈਕਟ ਕਰਨ ਵਾਸਤੇ 1100 ਬੰਦਾ ਲੱਗਾ। ਫਤਿਹਗੜ੍ਹ ਸਾਹਿਬ ਦਾ ਸਾਰਾ ਜ਼ਿਲ੍ਹਾ, 25 ਲੱਖ ਲੋਕ ਰਹਿੰਦੇ ਨੇ ਇਸ ਸਾਰੇ ਜ਼ਿਲ੍ਹੇ 'ਚ, ਜਿਹਦੀ ਕੋਈ 15-16-17 ਲੱਖ ਵੋਟ ਹੈ। ਤੁਹਾਡੀ ਪ੍ਰੋਟੈਕਸ਼ਨ ਵਾਸਤੇ SSP ਦੇ ਥੱਲੇ 1200 ਬੰਦੇ ਦੀ ਟੋਟਲ, ਇਹਨਾਂ ਨੂੰ 1200 ਬੰਦਾ ਦਿੱਤਾ ਸਾਰੇ ਜ਼ਿਲ੍ਹੇ ਨੂੰ ਪ੍ਰੋਟੈਕਟ ਕਰਨ ਵਾਸਤੇ। ਇਹ 4 ਜੀਆਂ ਵਾਸਤੇ 1100 ਬੰਦਾ। ਇਹ ਨਵਾਂ ਮਹਾਰਾਜਾ ਸਤੌਜ ਨਹੀਂ ਤੇ ਹੋਰ ਕੀ ਹੈ ਜੀ? ਇਹ ਕਹਿੰਦਾ ਜੇ ਤੁਹਾਨੂੰ ਸਿਕਿਉਰਟੀ ਚਾਹੀਦੀ ਪੋਲਟਰੀ ਫਾਰਮ ਖੋਲੋ। ਪਿੰਡ ਦੀਆਂ ਸੱਥਾਂ ਤੋਂ ਸਰਕਾਰਾਂ ਚੱਲਿਆ ਕਰਨਗੀਆਂ। ਕਿਹੜੀ ਸੱਥ ਦੀ ਗੱਲ ਕਰਦੇ ਹੋ? ਕਿਸੇ ਸੱਥ 'ਚ ਵੇਖਿਆ ਜੇ ਇਹਨੂੰ? ਇਹੀ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹੁੰਦਾ ਜਿਹਨੇ ਆਉਣਾ, ਕੇਜਰੀਵਾਲ ਸਾਹਿਬ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੱਜੇ ਹੱਥ ਖੜਾ ਕਰਕੇ ਇਹ ਗੱਲ ਕਹੀ ਸੀ ਕਿ ਜਿੱਦਣ ਬਰਗਾੜੀ ਅਤੇ ਬਹਿਬਲ ਕਲਾਂ, ਜਿਹੜਾ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋਈਆਂ ਨੇ, ਮੈਨੂੰ ਇੱਕ ਦਿਨ ਦਾ ਟਾਈਮ ਚਾਹੀਦਾ, ਮੇਰੀ ਸਰਕਾਰ ਬਣਾਓ। ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਸਿੱਟ ਦਾ ਚੇਅਰਮੈਨ ਸੀ, ਮੈਨੂੰ ਇੱਕ ਦਿਨ ਦਾ ਟਾਈਮ ਚਾਹੀਦਾ, ਸਾਨੂੰ ਕੋਈ ਨਵੀਂ ਇਨਕੁਆਇਰੀ ਦੀ ਲੋੜ ਨਹੀਂ ਉਸੇ ਸਿੱਟ ਦੀ ਰਿਪੋਰਟ 'ਤੇ। ਅਸੀਂ ਜਿਹੜੇ ਲੋਕਾਂ ਨੇ ਐਡਾ ਬੱਜਰ ਗੁਨਾਹ ਕੀਤਾ ਉਹਨਾਂ ਨੂੰ ਅਸੀਂ ਉਸੇ ਟਾਈਮ ਜੇਲ੍ਹਾਂ ਵਿੱਚ ਪਹੁੰਚਾਵਾਂਗੇ। ਇੱਕ ਦਿਨ ਦਾ ਵਕਤ ਨਹੀਂ ਹੈ, 2.5 ਸਾਲ ਗੁਜ਼ਰ ਗਏ ਨੇ। ਕੁੰਵਰ ਵਿਜੇ ਪ੍ਰਤਾਪ ਨੂੰ 5 ਮਿੰਟ ਦਾ ਵਿਧਾਨ ਸਭਾ 'ਚ ਵੀ ਟਾਈਮ ਕਦੇ ਦਿੱਤਾ? ਇਹਨੇ ਕਿਹਾ ਸੀ 4 ਹਫ਼ਤਿਆਂ 'ਚ ਮੈਂ ਨਸ਼ਾ, ਬਿਲਕੁਲ ਨਸ਼ਾ ਮੁਕਤ ਪੰਜਾਬ ਨੂੰ ਕਰ ਦਊਂ। ਮੇਰੇ ਵੀਰੋ ਦੱਸੋ, 5 ਮਿੰਟਾਂ 'ਚ ਮੇਰਾ ਓਪਨ ਚੈਲੇਂਜ, 5 ਮਿੰਟ ਦੇ ਵਿੱਚ ਟੈਲੀਫੋਨ ਕਰੋ ਤਾਂ ਪੁੜੀ ਘਰ ਹੀ ਆ ਜਾਂਦੀ, ਹੋਮ ਡਿਲੀਵਰੀ ਹੋ ਜਾਂਦੀ। ਕਿਉਂ, ਸਹੀ ਹੈ ਕਿ ਨਹੀਂ ਜੀ? ਜੇ ਗਲਤ ਬਿਆਨੀ ਤਾਂ ਇੱਕ ਵੀ ਮੇਰਾ ਵੀਰ ਬਿਆਨੀ ਇਹ ਗੱਲ ਕਹੇ ਬਾਂਹ ਖੜੀ ਕਰਕੇ ਕਿ ਤੁਸੀਂ ਝੂਠ ਬੋਲ ਰਹੇ ਹੋ ਜੀ। ਇਸ ਭੈਣਾਂ ਨੂੰ ਕੋਈ ਨਹੀਂ ਦਿੱਤਾ, ਡਰੱਗਸ 'ਤੇ ਕੋਈ ਕੀਤਾ ਨਹੀਂ। ਫਿਰ ਇਹ ਵੀ ਗੱਲ ਇਹਨੇ ਕਹੀ ਸੀ ਕਿ 17 ਮਾਰਚ ਨੂੰ ਮੇਰੀ ਸਰਕਾਰ ਬਣਨੀ ਹੈ,
ਪਹਿਲੀ ਅਪ੍ਰੈਲ ਤੋਂ ਬਾਅਦ ਕਿਸੇ ਦੀ ਖੁਦਕਸ਼ੀ ਹੋਏਗੀ ਤਾਂ ਅਰਵਿੰਦ ਕੇਜਰੀਵਾਲ, ਕਿਸੇ ਕਿਸਾਨ ਦੀ ਖੁਦਕਸ਼ੀ ਹੋਏਗੀ ਤਾਂ ਮੈਂ ਰਿਸਪੋਂਸਿਬਲ ਹੂੰ, ਅਤੇ ਖੁਦਕਸ਼ੀ ਅੱਗੇ ਨੂੰ ਡਬਲ ਹੋ ਚੁੱਕੀ ਹਨ। ਤੋ ਇਹ ਸਰਕਾਰਾਂ ਦੀ ਗੱਲ ਛੱਡੀਏ ਜੀ, ਨਾ ਇਹ ਰਾਜ ਕਰਨ ਦੇ ਕਾਬਲ, ਜਿਹੜੀ ਮੈਂ ਗੱਲ ਅੱਗੇ ਕਹੀ ਸੀ, ਨਾ ਇਹਨਾਂ 'ਚ ਲਿਆਕਤ, ਨਾ ਇਹਨਾਂ 'ਚ ਪੜ੍ਹਾਈ, ਨਾ ਇਹਨਾਂ 'ਚ ਜ਼ੁਬਾਨ। ਇੱਥੇ ਹੀ ਗੁਆਂਢ 'ਚ ਇੱਕ ਤੁਹਾਡਾ MLA ਹੈ, ਜੇ ਮੇਰੀ ਗੱਲ ਸੁਣ ਲਓ, ਤੁਹਾਡੇ ਗੁਆਂਢ 'ਚ ਹੀ ਹਲਕਾ ਲੱਗਦਾ, ਉਹਨੇ ਬਿਆਨ ਦਿੱਤਾ ਕਿ ਗਊ ਮਾਤਾ ਨੂੰ ਹਿੰਦੁਸਤਾਨ ਦਾ ਰਾਸ਼ਟਰੀ ਪੰਛੀ ਡਿਕਲੇਅਰ ਕੀਤਾ ਜਾਏ। ਉਹ ਵਾਰੇ ਵਾਰੇ ਜਾਈਏ, ਉਹ ਤੁਹਾਡੇ ਇਹੋ ਜਿਹਾ ਦੇ ਵਾਰੇ ਵਾਰੇ ਜਾਈਏ, ਗਊ ਮਾਤਾ ਨੂੰ ਰਾਸ਼ਟਰੀ ਪੰਛੀ ਡਿਕਲੇਅਰ ਕੀਤਾ ਜਾਏ। ਇਹੋ ਜਿਹੇ ਵੀ ਲੋਕ ਹੈ ਨੇ, ਅਤੇ ਦੱਸੋ ਇਹਨਾਂ ਨੂੰ ਕੀ ਕਹਾਂਗੇ ਆਪਾਂ? ਜਦੋਂ ਮੈਂ ਫਿਰ ਕੋਈ ਨਾ ਕੋਈ ਸ਼ਬਦ ਵਰਤਦੇ ਨਾ, ਫਿਰ ਬੜੇ ਆਵਾਜ਼ਾਰ ਹੁੰਦੇ ਮੇਰੇ 'ਤੇ, ਇਹਨਾਂ ਸਾਨੂੰ ਆਹ ਕਹਿਤਾ, ਇਹਨਾਂ ਨੇ ਸਾਨੂੰ ਉਹ ਕਹਿਤਾ, ਅਤੇ ਬਾਕੀਆਂ ਦੀ ਤਾਂ ਗੱਲ ਹੀ ਛੱਡ ਲਈਏ। ਅਤੇ ਇਸ ਹਲਕੇ ਵਾਲਾ ਤਾਂ ਪਿਛਲੇ 7 ਮਹੀਨਿਆਂ ਦਾ ਆਪਣੇ ਇਮਾਨਦਾਰੀ ਕਾਰਨ ED ਵਾਲਿਆਂ ਝੋਕੇ ਜੇਲ੍ਹ 'ਚ ਦਿੱਤਾ ਜੀ, ਤੁਸੀਂ ਤੁਹਾਡੇ ਸਾਹਮਣੇ ਹੀ ਨੇ ਸਾਰੇ।